ਤੁਸੀਂ ਦੇਖ ਰਹੇ ਹੋ ਖਬਰ ਪੜਤਾਲ। ਮੈਂ ਹਾਂ ਸੁਨੀਲ ਕੁਮਾਰ ਹਿਮਾਚਲੀ ਅਤੇ ਗੱਲ ਕਰਾਂਗੇ ਪੰਜਾਬ ਦੀਆਂ ਕੁਝ ਅਹਿਮ ਖਬਰਾਂ ਦੀ ਅਤੇ ਕਰਾਂਗੇ ਗਹਿਨਤਾ ਨਾਲ ਪੜਤਾਲ। ਸਾਡੇ ਨਾਲ ਸਟੂਡੀਓ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਡੱਲੇ ਬਹੁਤ ਬਹੁਤ ਸਵਾਗਤ ਜੀ। ਬਹੁਤ ਬਹੁਤ ਧੰਨਵਾਦ ਸੁਨੀਲ ਜੀ। ਡੱਲਾ ਜੀ, ਸਿਆਸੀ ਸਰਗਰਮੀਆਂ 'ਤੇ ਪਹਿਲਾ ਸਵਾਲ ਆਊਂਗਾ। ਆਮ ਆਦਮੀ ਪਾਰਟੀ ਨੂੰ ਤਗੜਾ ਝਟਕਾ ਕਿਹਾ ਜਾ ਰਿਹਾ ਸਿਆਸੀ ਤੌਰ 'ਤੇ, ਕਿਉਂ ਲੱਗਿਆ, ਕੀ ਕੁਛ ਨਜ਼ਰ ਆਉਂਦਾ ਹੁਣ ਪੰਜਾਬ 'ਚ ਸਿਆਸੀ ਤੌਰ 'ਤੇ ਆਮ ਆਦਮੀ ਪਾਰਟੀ ਦਾ ਭਵਿੱਖ? ਦੇਖੋ ਸੁਨੀਲ ਜੀ, ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਇਸ ਕਰਕੇ ਲੱਗਿਆ ਕਿ ਅੱਜ ਦਿਨੇ ਜਦੋਂ ਅਮਨ ਅਰੋੜਾ ਉਹਨਾਂ ਨੇ ਦਾਅਵਾ ਕੀਤਾ, ਹਰਪਾਲ ਚੀਮਾ ਉਹਨਾਂ ਨੇ ਵੀ ਕਿਹਾ ਕਿ ਅਸੀਂ ਆਪ ਨਾਲ ਗਠਬੰਧਨ ਕਰ ਸਕਦੇ ਹਾਂ, ਸਾਡੇ ਵੱਲੋਂ ਜਿਹੜੀ ਸਹਿਮਤੀ ਮੰਗੀ ਗਈ ਹੈ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਤੋਂ, ਔਰ ਕੇਜਰੀਵਾਲ ਨੂੰ ਅਧਿਕਾਰ ਦੇ ਦਿੱਤੇ ਗਏ ਨੇ ਕਿ ਉਹ ਇਸ 'ਤੇ ਫੈਸਲਾ ਲੈਣਗੇ। ਪਰ ਇਸੇ ਦਰਮਿਆਨ ਪਤਾ ਲੱਗਿਆ ਕਿ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਡਾਕਟਰ ਰਾਜੂ ਨੇ ਕਹਿ ਦਿੱਤਾ ਕਿ ਆਮ ਆਦਮੀ ਪਾਰਟੀ ਨਾਲ ਬਸਪਾ ਗਠਬੰਧਨ ਬਾਰੇ ਨਹੀਂ ਸੋਚ ਰਹੀ। ਸੋ ਇੱਕ ਤਰੀਕੇ ਨਾਲ ਆਮ ਆਦਮੀ ਪਾਰਟੀ ਪਿਛਲੇ ਕਾਫੀ ਸਮੇਂ ਤੋਂ ਇਸ ਰਣਨੀਤੀ 'ਤੇ ਕੰਮ ਕਰ ਰਹੀ ਹੈ ਕਿ ਅਸੀਂ ਪਹਿਲਾਂ ਟਕਸਾਲੀਆਂ ਨਾਲ ਉਹਨਾਂ ਨੇ ਗੱਲ ਤੋਰੀ ਕਿ ਅਸੀਂ ਟਕਸਾਲੀਆਂ ਨਾਲ ਗਠਬੰਧਨ ਕਰਾਂਗੇ, ਅਤੇ ਉਸ ਚੱਕਰ ਦੇ ਵਿੱਚ ਜਿਹੜਾ ਮਹਾਂਗਠਬੰਧਨ ਹੈ ਖਹਿਰੇ ਦਾ, ਟਕਸਾਲੀਆਂ ਦਾ, ਲੋਕ ਇਨਸਾਫ ਪਾਰਟੀ ਦਾ ਅਤੇ ਬਸਪਾ ਦਾ, ਉਹਦੇ 'ਚ ਰੁਕਾਵਟ ਪੈਂਦੀ ਰਹੀ ਕਿਉਂਕਿ ਆਪ ਦੀ ਸਥਿਤੀ ਸਪੱਸ਼ਟ ਨਹੀਂ ਸੀ। ਪਰ ਜਦੋਂ ਟਕਸਾਲੀਆਂ ਨੇ ਕਹਿ ਦਿੱਤਾ ਕਿ ਅਸੀਂ ਹੁਣ ਆਪ ਨਾਲ ਗਠਬੰਧਨ ਨਹੀਂ ਕਰਨਾ, ਅਤੇ ਫਿਰ ਹੁਣ ਇਹ ਬਿਆਨ ਆਉਂਦੇ ਨੇ, ਅਸੀਂ ਦੋਨੇ ਲੀਡਰਾਂ ਦੀ ਗੱਲ ਵੀ ਇੱਕ ਵਾਰੀ ਸੁਣ ਲਈਏ, ਉਸ ਤੋਂ ਬਾਅਦ ਇਸ ਗੱਲ ਨੂੰ ਵਿਸਥਾਰ ਦਿੰਦੇ ਹਾਂ। ਪਹਿਲਾਂ ਸੁਣ ਲਈਏ ਅਮਨ ਅਰੋੜਾ ਔਰ ਹਰਪਾਲ ਚੀਮਾ ਬਸਪਾ ਨਾਲ ਗੱਠਜੋੜ 'ਤੇ ਕੀ ਕਹਿ ਰਹੇ ਸੀ। ਜੇ ਅਰਵਿੰਦ ਜੀ ਹੁਣਾਂ ਨੂੰ ਮਹਿਸੂਸ ਹੋਏਗਾ, ਸਾਡੀ PSU ਨੂੰ ਮਹਿਸੂਸ ਹੋਏਗਾ ਕਿ ਮਾਇਆਵਤੀ ਨਾਲ ਜਾਂ ਬਾਕੀ ਹੋਰ ਸਾਥੀਆਂ ਨਾਲ ਗਠਬੰਧਨ ਕਰਨ ਦੀ ਲੋੜ ਹੈ, ਤੇ ਉਹ ਜ਼ਰੂਰ ਕਰਨਗੇ, ਤੇ ਉਹਨਾਂ ਦੇ PSU ਦੇ ਅਰਵਿੰਦ ਜੀ ਦੇ ਫੈਸਲੇ ਦੇ ਉੱਪਰ ਪੰਜਾਬ ਦਾ ਜਿਹੜਾ ਯੂਨਿਟ ਹੈ ਉਹ ਫੁੱਲ ਚੜਾਏਗਾ। ਦੇਖੋ, ਬਸਪਾ ਨਾਲ ਪਹਿਲਾਂ ਵੀ ਮੇਰੀ 5-6 ਵਾਰ ਗੱਲ ਹੋਈ ਹੈਗੀ। ਹੁਣ ਅਸੀਂ ਸਾਡੀ ਕੋਰ ਕਮੇਟੀ ਦੇ ਮਤਾ ਪਾ ਕੇ PSU ਨੂੰ ਭੇਜਿਆ ਗਿਆ ਕਿ ਬਸਪਾ ਜਿਹੜੀ ਹੈਗੀ ਨੈਸ਼ਨਲ ਪਾਰਟੀ ਹੈ, ਨੈਚੁਰਲ ਅਲਾਇੰਸ ਆ, ਉਹਦੇ ਨਾਲ ਅਲਾਇੰਸ ਕੀਤਾ ਜਾਵੇ। ਹੁਣ ਪਾਰਟੀ ਦੀ ਕੌਮੀ ਲੀਡਰਸ਼ਿਪ ਨੇ ਦੇਖਣਾ ਸਮਝੌਤਾ ਹੁੰਦਾ ਜਾਂ ਨਾ। ਸੋ ਤੁਸੀਂ ਇਹਨਾਂ ਦੀ ਗੱਲ ਸੁਣੀ, ਹੁਣ ਬਸਪਾ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਅਸੀਂ ਇਸ ਕਰਕੇ ਗਠਬੰਧਨ ਨਹੀਂ ਕਰ ਸਕਦੇ ਕਿਉਂਕਿ ਬਹੁਤੀਆਂ ਥਾਵਾਂ 'ਤੇ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ। ਮੈਨੂੰ ਇਹ ਲੱਗਦਾ ਕਿ 2 ਦਿਨ ਪਹਿਲਾਂ ਵੀ 8 ਹੋਰ ਉਮੀਦਵਾਰ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਐਲਾਨਣ ਵਾਲੀ ਸੀ, ਪਰ ਉਹ ਰੁਕ ਗਏ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਅਸੀਂ ਬਸਪਾ ਦੇ ਨਾਲ ਜੇ ਗੱਲ ਕਰਾਂਗੇ ਤਾਂ ਹੋ ਸਕਦਾ ਬਸਪਾ ਨਾਲ ਕੋਈ ਗਠਬੰਧਨ ਹੋ ਜਾਵੇ, ਅਤੇ ਜੇ ਬਸਪਾ ਨਾਲ ਗਠਬੰਧਨ ਹੁੰਦਾ ਤਾਂ ਇਸੇ ਕਰਕੇ ਉਹਨਾਂ ਨੇ 8 ਸੀਟਾਂ ਰੋਕੀਆਂ ਸੀ। ਪਰ ਬਸਪਾ ਦੇ ਪੰਜਾਬ ਦੇ ਪ੍ਰਧਾਨ ਦਾ ਕਹਿਣਾ ਹੈ ਕਿ 5 ਸੀਟਾਂ ਪਹਿਲਾਂ ਅਨਾਊਂਸ ਕਰ ਚੁੱਕੇ ਨੇ ਆਮ ਆਦਮੀ ਪਾਰਟੀ ਵਾਲੇ, ਔਰ ਸੰਗਰੂਰ ਤੋਂ, ਅੰਮ੍ਰਿਤਸਰ ਤੋਂ, ਕਈ ਥਾਵਾਂ ਤੋਂ ਉਹਨਾਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ, ਜਿਸ ਕਰਕੇ ਸਹਿਮਤੀ ਬਣਨ ਦੀ ਸੰਭਾਵਨਾ ਘੱਟ ਲੱਗਦੀ ਹੈ ਕਿਉਂਕਿ ਦਲਿਤ ਭਾਈਚਾਰੇ ਦੀ ਬਹੁਤਾਤ ਵਾਲੀਆਂ ਸੀਟਾਂ ਨੇ। ਸੋ ਬਸਪਾ ਨੂੰ ਇਹ ਵੀ ਲੱਗਿਆ ਕਿ ਅਸੀਂ ਵੀ ਜ਼ਿਆਦਾ ਸੀਟਾਂ 'ਤੇ ਲੜਨਾ ਚਾਹਾਂਗੇ। ਦੇਖੋ, ਗਠਬੰਧਨ ਦੇ ਵਿੱਚ ਜ਼ਿਆਦਾ ਸੀਟਾਂ ਦੀ ਲੋੜ ਨਹੀਂ ਇਸ ਵਕਤ ਜਿਹੜਾ ਪੰਜਾਬ 'ਚ, ਕਿਉਂਕਿ ਸੁਖਪਾਲ ਖਹਿਰਾ ਵੀ 2-3 ਸੀਟਾਂ 'ਤੇ ਸੰਤੁਸ਼ਟ ਹੋ ਸਕਦੇ ਹੈ, ਲੋਕ ਇਨਸਾਫ ਪਾਰਟੀ ਵੀ 1 ਜਾਂ 2 ਸੀਟਾਂ 'ਤੇ ਮੰਨ ਸਕਦੀ ਹੈ, ਡਾਕਟਰ ਧਰਮਵੀਰ ਗਾਂਧੀ ਅਗਰ ਲੜਨਗੇ ਤਾਂ ਉਹ ਵੀ 1 ਸੀਟ 'ਤੇ ਹੀ ਮੰਨਣਗੇ, ਅਤੇ ਟਕਸਾਲੀ ਵੀ 2-3 ਸੀਟਾਂ 'ਤੇ ਮੰਗ ਸਕਦੇ ਨੇ। ਸੋ 13 ਸੀਟਾਂ ਨੇ। ਸੋ ਬਹੁਜਨ ਸਮਾਜ ਪਾਰਟੀ ਕੌਮੀ ਪਾਰਟੀ ਹੋਣ ਕਰਕੇ ਆਪਣੇ ਪੱਧਰ 'ਤੇ 5-6 ਸੀਟਾਂ ਮਹਾਂਗਠਬੰਧਨ 'ਚ ਲੈ ਕੇ ਜਾ ਸਕਦੀ ਹੈ। ਇਸ ਕਰਕੇ ਮੈਨੂੰ ਲੱਗਦਾ ਕਿ ਜੇ ਆਮ ਆਦਮੀ ਪਾਰਟੀ ਉਹਨਾਂ ਨਾਲ ਗੱਲ ਤੋਰਦੀ ਜਾਂ ਬਸਪਾ ਵਾਲੇ ਆਮ ਆਦਮੀ ਪਾਰਟੀ ਨਾਲ ਗੱਲ ਤੋਰਦੇ, ਤਾਂ ਬਸਪਾ ਅਤੇ ਆਮ ਆਦਮੀ ਪਾਰਟੀ ਨੇ ਕਦੀ ਵੀ, ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਬਸਪਾ ਨੂੰ ਬਹੁਤੀਆਂ ਸੀਟਾਂ 'ਤੇ ਤਿਆਰ ਨਹੀਂ ਸੀ ਹੋਣਾ। ਸੋ ਇਸ ਕਰਕੇ ਮੈਨੂੰ ਸੰਭਾਵਨਾ ਲੱਗਦੀਆਂ ਨੇ। ਬਾਕੀ ਰਾਜਨੀਤੀ ਹੈ, ਰਾਜਨੀਤੀ ਮੌਕੇ ਦੀ ਖੇਡ ਵੀ ਹੁੰਦੀ ਹੈ, ਵਕਤ ਬਦਲ ਜਾਂਦਾ, ਪਾਰਟੀਆਂ ਦੀ ਸੋਚ ਬਦਲ ਜਾਂਦੀ ਹੈ, ਪਰ ਹਾਲ ਦੀ ਘੜੀ ਆਮ ਆਦਮੀ ਪਾਰਟੀ ਨੂੰ ਇਸ ਗੱਲ ਦਾ ਝਟਕਾ ਲੱਗ ਗਿਆ ਕਿ ਉਹਨਾਂ ਨੇ ਪਹਿਲੇ ਦਿਨ ਕਿਹਾ ਕਿ ਅਸੀਂ ਬਸਪਾ ਨਾਲ ਸਮਝੌਤਾ ਕਰ ਸਕਦੇ ਹਾਂ, ਅਤੇ ਬਸਪਾ ਵੱਲੋਂ ਇਹ ਜਿਹੜਾ ਬਿਆਨ ਆ ਗਿਆ, ਜਿਹੜਾ ਮੀਡੀਆ ਦੇ ਵਿੱਚ ਰਿਪੋਰਟ ਹੋਇਆ, ਅਫੀਸ਼ੀਅਲ ਬਿਆਨ ਵੀ ਮੈਨੂੰ ਲੱਗਦਾ ਡਾਕਟਰ ਰਾਜੂ ਟੈਲੀਵਿਜ਼ਨਾਂ ਦੇ ਜ਼ਰੀਏ ਵੀ ਇਹ ਗੱਲ ਜ਼ਰੂਰ ਸਾਰਵਜਨਿਕ ਕਰ ਦੇਣਗੇ। ਹਜੇ ਅਖਬਾਰਾਂ, ਸੋਸ਼ਲ ਮੀਡੀਆ ਦੇ ਵਿੱਚ ਜਿਹੜਾ ਬਿਆਨ ਹੈ
ਇਹ ਡਾਕਟਰ ਰਾਜੂ ਦੇ ਹਵਾਲੇ ਦੇ ਨਾਲ ਵੱਖ ਵੱਖ ਥਾਵਾਂ 'ਤੇ ਮੈਂ ਦੇਖਿਆ। BSP ਵੱਲੋਂ ਜੋ ਖਬਰ ਆ ਰਹੀ ਹੈ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਕੋਈ ਗਠਬੰਧਨ ਪੰਜਾਬ 'ਚ ਨਹੀਂ ਕਰਾਂਗੇ, ਅਤੇ ਖਹਿਰੇ ਲਈ ਡੱਲੇ, ਤੁਸੀਂ ਇਸ ਸਟੈਪ ਨੂੰ BSP ਦੇ ਨੂੰ ਕਿਵੇਂ ਦੇਖਦੇ ਹੋ? ਨਹੀਂ ਦੇਖੋ, ਸੁਖਪਾਲ ਖਹਿਰਾ ਲਈ ਤਾਂ ਬੜੀ ਚੰਗੀ ਖਬਰ ਹੈ ਮੈਨੂੰ ਲੱਗਦਾ ਜੀ, ਸੁਖਪਾਲ ਖਹਿਰਾ ਲਈ, ਟਕਸਾਲੀਆਂ ਲਈ, ਸਿਮਰ ਬੈਂਸ ਲਈ, ਇਹਨਾਂ ਸਾਰਿਆਂ ਲਈ ਇਸ ਕਰਕੇ ਚੰਗੀ ਖਬਰ ਹੈ ਕਿ ਹੁਣ ਲਗਭਗ ਤੈਅ ਹੋ ਗਿਆ ਕਿ ਜਾਂ ਤਾਂ ਬਸਪਾ ਮਹਾਂਗਠਬੰਧਨ 'ਚ ਆਏਗੀ, ਟਕਸਾਲੀਆਂ ਨਾਲ ਆਏਗੀ, ਖਹਿਰੇ ਨਾਲ ਆਏਗੀ, ਕਿਉਂਕਿ ਗੈਰ ਅਧਿਕਾਰਿਕ ਤੌਰ 'ਤੇ ਤਾਂ ਅਨਅਫਿਸ਼ਲੀ ਤਾਂ ਉਹ ਨਾਲ ਹੀ ਨੇ, ਕਿਉਂਕਿ ਡਾਕਟਰ ਰਾਜੂ ਜਿਹੜੇ ਬਸਪਾ ਦੇ ਪੰਜਾਬ ਦੇ ਪ੍ਰਧਾਨ ਨੇ ਉਹ ਲਗਾਤਾਰ ਮੀਟਿੰਗਾਂ ਦਾ ਹਿੱਸਾ ਬਣਦੇ ਨੇ ਗਠਬੰਧਨ ਦੇ। ਔਰ ਮੈਨੂੰ ਲੱਗਦਾ ਹੁਣ ਤੋਂ ਥੋੜ੍ਹੀ ਦੇਰ ਬਾਅਦ ਅੱਜ ਸ਼ਾਮ ਨੂੰ ਜਾਂ ਕੱਲ੍ਹ ਸਵੇਰੇ ਫਿਰ ਮਹਾਂਗਠਬੰਧਨ ਦੀ ਬੈਠਕ ਹੋ ਰਹੀ ਹੈ, ਜਿਹਦੇ ਵਿੱਚ ਬਸਪਾ ਦੇ ਲੀਡਰ ਵੀ ਹੋਣਗੇ, ਟਕਸਾਲੀ ਵੀ ਹੋਣਗੇ, ਸਾਰੇ ਹੋਣਗੇ। ਸੋ ਐਤਵਾਰ ਨੂੰ ਦੁਪਹਿਰ ਨੂੰ ਜਾਂ ਸੋਮਵਾਰ ਨੂੰ ਮਹਾਂਗਠਬੰਧਨ ਦੀ ਦੁਬਾਰਾ ਜਿਹੜੀ ਮੀਟਿੰਗ ਹੈ ਉਹ ਕਿਸੇ ਅਣਦੱਸੇ ਥਾਂ ਦੇ ਉੱਤੇ ਕਰਨ ਦੀ ਪੂਰੀ ਤਿਆਰੀ ਹੋ ਗਈ ਹੈ। ਸੋ ਅੱਜ ਦੀ ਜਾਂ ਕੱਲ੍ਹ ਦੀ ਮੀਟਿੰਗ ਦੇ ਵਿੱਚ ਹੀ ਬਸਪਾ ਦਾ ਜਿਹੜਾ ਰੁੱਖ ਹੈ ਹੋਰ ਸਾਫ਼ ਹੋ ਜਾਏਗਾ, ਪਰ ਬਸਪਾ ਸਮਝੌਤੇ ਵਾਲੇ ਪਾਸੇ ਮਹਾਂਗਠਬੰਧਨ ਨਾਲ ਵੱਧ ਰਹੀ ਹੈ ਅੱਗੇ, ਇਸ ਕਰਕੇ ਸੁਖਪਾਲ ਖਹਿਰਾ ਲਈ, ਸਿਮਰ ਬੈਂਸ ਲਈ, ਟਕਸਾਲੀਆਂ ਲਈ ਇਹ ਖੁਸ਼ ਹੋਣ ਦੀ ਗੱਲ ਹੈ। ਔਰ ਮਾਇਆਵਤੀ ਕੋਲ ਵੀ ਮਿਲਣ ਜਾਣ ਦਾ ਸਮਾਂ ਜਿਹੜਾ ਮਹਾਂਗਠਬੰਧਨ ਦੀ ਅੱਜ ਦੀ ਜਾਂ ਕੱਲ੍ਹ ਦੀ ਬੈਠਕ ਤੋਂ ਬਾਅਦ ਜਿਹੜਾ ਹੈਗਾ ਉਹ ਬਣੇਗਾ, ਅਤੇ ਮਹਾਂਗਠਬੰਧਨ ਦੇ ਸਾਰੇ ਲੀਡਰ, ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਮਾਇਆਵਤੀ ਬੀਬੀ ਨੂੰ ਵੀ ਮਿਲਣ ਜਾ ਰਹੇ ਨੇ ਜੀ ਜੀ। ਉਸ ਤੋਂ ਬਾਅਦ ਮੈਨੂੰ ਲੱਗਦਾ ਇਹ ਅਨਾਊਂਸ ਹੋਏਗਾ, ਔਰ ਹੋ ਸਕਦਾ ਹੈ ਕਿ ਮਾਇਆਵਤੀ ਤੋਂ ਹੀ ਇਹ ਜਿਹੜਾ ਮਹਾਂਗਠਬੰਧਨ ਹੈ ਇਹਦੀ ਅਨਾਊਂਸਮੈਂਟ, ਟਿਕਟਾਂ ਦੀ ਵੰਡ ਦੀ ਅਨਾਊਂਸਮੈਂਟ ਕਰਵਾਈ ਜਾਏ, ਇਹ ਵੀ ਯੋਜਨਾ 'ਤੇ ਕੰਮ ਚੱਲ ਰਿਹਾ। ਅੱਛਾ ਡੱਲੇ, ਸਿਆਸੀ ਤੌਰ 'ਤੇ ਇੱਕ ਹੋਰ ਪੰਜਾਬ ਦੀ ਅਹਿਮ ਖਬਰ ਆ ਦੇਖਿਆ ਜਾ ਰਿਹਾ, ਸਿਆਸੀ ਤੌਰ 'ਤੇ ਉਹਨੂੰ ਜੋੜਿਆ ਵੀ ਜਾ ਰਿਹਾ, ਪੰਜਾਬ ਦੇ ਪੁਲਿਸ ਮੁਖੀ ਦੀ ਜੁਆਇਨਿੰਗ ਹੋਈ ਕੁਛ ਘੰਟਿਆਂ ਬਾਅਦ, ਚੰਗੇ ਮਤਲਬ ਵਧੀਆ ਪੱਧਰ 'ਤੇ ਇਹ ਕਿਹਾ ਜਾ ਰਿਹਾ ਕਿ ਫੇਰਬਦਲ ਮਹਿਕਮੇ ਦੇ ਵਿੱਚ ਕਰ ਦਿੱਤਾ ਗਿਆ, ਮਹਿਕਮੇ ਦੇ ਇਸ ਕਦਮ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਹਰ DGP ਜਦੋਂ ਆਉਂਦਾ ਹੈ ਜੀ ਜੀ ਉਹ ਬਦਲੀਆਂ ਕਰਦਾ ਜੀ, ਲੇਕਿਨ ਵੱਡੀ ਗੱਲ ਇਹ ਹੈ ਕਿ ਮੁਹੰਮਦ ਮੁਸਤਫਾ ਸਾਹਿਬ, ਇੱਕ ਤਾਂ ਉਹ DGP ਨਹੀਂ ਬਣਾਏ ਗਏ, ਕਿਤੇ ਨਾ ਕਿਤੇ ਉਹਨਾਂ ਦੇ ਜ਼ਹਿਨ 'ਚ ਨਾਰਾਜ਼ਗੀ ਵੀ ਸੀ, ਔਰ ਮੁਹੰਮਦ ਮੁਸਤਫਾ ਦੇ DGP ਨਾ ਬਣਨ 'ਤੇ ਸੁਖਪਾਲ ਖਹਿਰਾ ਦਾ ਬਿਆਨ ਵੀ ਆ ਗਿਆ। ਸੁਖਪਾਲ ਖਹਿਰਾ ਨੇ ਕੈਪਟਨ ਅਮਰਿੰਦਰ 'ਤੇ ਵੱਡਾ ਰਾਜਨੀਤਿਕ ਇਲਜ਼ਾਮ ਲਾ ਦਿੱਤਾ ਕਿ ਜਿਹੜੇ ਹੁਣ ਵਾਲੇ DGP ਬਣੇ ਨੇ, ਕੈਪਟਨ ਅਮਰਿੰਦਰ ਨੇ ਆਪਣੀ ਲੌਬੀ ਦੇ ਇਹ ਅਫਸਰ ਨੂੰ ਹੀ ਮੁੱਖ ਮੰਤਰੀ ਬਣਾਤਾ, ਇਹ ਸੁਰੇਸ਼ ਅਰੋੜਾ ਦੇ ਗਰੁੱਪ ਦੇ ਲੀਡਰ ਸੀਗੇ, ਮੈਂਬਰ ਸੀਗੇ, ਇਸ ਤਰੀਕੇ ਦਾ ਇਲਜ਼ਾਮ ਸੁਖਪਾਲ ਖਹਿਰਾ ਨੇ ਲਾਤਾ। ਸੁਖਪਾਲ ਖਹਿਰਾ ਦੀ ਇਹ ਇੱਕ ਵਾਰੀ ਗੱਲ ਵੀ ਸੁਣ ਲਈਏ ਪੂਰੀ। ਦਿਨਕਰ ਗੁਪਤਾ ਤੋਂ 5-4 DGP ਸਕੇਲ ਦੇ ਅਫਸਰ ਜਿਹੜੇ ਮੁਹੰਮਦ ਮੁਸਤਫਾ, ਹਰਦੀਪ ਢਿੱਲੋਂ, ਸਿਧਾਰਥ ਚੱਟੋਪਾਧਿਆ ਆਦਿ ਅਫਸਰ ਸੀਗੇ, ਪਰ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਲੌਬੀ ਦਾ ਇੱਕ DGP ਬਣਾਇਆ। ਇਹ ਉਹੀ ਲੌਬੀ ਆ, ਸੁਰੇਸ਼ ਅਰੋੜਾ ਦੀ ਲੌਬੀ ਆ। ਔਰ ਆਪਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਸੁਰੇਸ਼ ਅਰੋੜਾ ਨੂੰ ਉਧਾਰਾ ਲਿਆ ਸੀ ਸੁਖਬੀਰ ਸਿੰਘ ਬਾਦਲ ਤੋਂ। ਕਦੀ ਕੋਈ ਪਾਰਟੀ ਆਪਣੇ ਵਿਰੋਧੀਆਂ ਦਾ DGP ਉਧਾਰਾ ਨਹੀਂ ਲੈਂਦੀ, ਨਾਲੇ ਕਹਿੰਦੇ ਸੀਗੇ ਕਿ ਅਕਾਲੀ ਦਲ ਸਾਡੇ ਨਾਲ ਬਦਲਾਖੋਰੀ ਕਰਦਾ, ਤਾਂ ਉਹੀ DGP ਨਾਲ ਲੈ ਲਿਆ, ਅਤੇ ਉਸ ਤੋਂ ਬਾਅਦ 3 ਐਕਸਟੈਂਸ਼ਨਾਂ ਦਿੱਤੀਆਂ, ਔਰ ਫਿਰ ਉਸੇ ਦਾ ਹੀ ਇੱਕ ਚਹੇਤਾ ਹੁਣ DGP ਹੋਰ ਲਾ ਦਿੱਤਾ। ਇੱਥੋਂ ਇਹ ਨਜ਼ਰ ਆਉਂਦਾ ਵਾ ਕਿ ਕੈਪਟਨ ਅਮਰਿੰਦਰ ਸਿੰਘ ਇਨਸਾਫ ਪਸੰਦੀ ਨਹੀਂ ਕਰ ਰਹੇ, ਆਪਣੀ ਪੁਲਿਸ ਫੋਰਸ ਦੇ ਨਾਲ ਵਿਤਕਰਾ ਕਰ ਰਹੇ, ਇਹਦੇ ਨਾਲ ਮਨੋਬਲ ਡਿੱਗਦਾ ਪੰਜਾਬ ਦੀ ਪੁਲਿਸ ਦੇ ਅਫਸਰਸ ਦਾ, ਔਰ ਨਾਲ ਕਿਤੇ ਨਾ ਕਿਤੇ ਇਹਦੀ BJP ਦੀ ਗਵਰਨਮੈਂਟ ਦੇ ਜਿਹੜੇ ਪ੍ਰਾਈਮ ਮਿਨਿਸਟਰ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ ਮਿਸਟਰ ਅਜੀਤ ਡੋਵਾਲ, ਇਹ ਉਹਨਾਂ ਦੀ ਬਲੈਸਿੰਗਸ ਦੇ ਨਾਲ ਵੀ DGP ਬਣਾਇਆ ਜਾ ਰਿਹਾ ਵਾ, ਪੰਜਾਬ ਲਈ ਅੱਛੇ ਸੰਕੇਤ ਨਹੀਂ ਗੇ। ਦੇਖੋ, ਤੁਸੀਂ ਸੁਖਪਾਲ ਖਹਿਰਾ ਦਾ ਬਿਆਨ ਸੁਣਿਆ, ਸੋ ਸਪਸ਼ਟ ਤੌਰ 'ਤੇ ਸੁਖਪਾਲ ਖਹਿਰਾ ਨੇ ਕਹਿ ਦਿੱਤਾ ਕਿ ਜਿਹੜੀ ਸੀਨੀਓਰਿਟੀ ਹੈ, ਜਿਹੜੀ ਮੁਹੰਮਦ ਮੁਸਤਫਾ ਸੀਨੀਅਰ ਸੀ, ਸੋ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ, ਸੋ ਪੂਰੀ ਦੀ ਪੂਰੀ DGP ਦੀ ਨਿਯੁਕਤੀ ਦੀ ਪ੍ਰਕਿਰਿਆ 'ਤੇ ਵੀ ਸੁਖਪਾਲ ਖਹਿਰਾ ਨੇ ਸਵਾਲ ਚੱਕੇ ਨੇ। ਔਰ ਇਸ ਤੋਂ ਪਹਿਲਾਂ ਸਿਮਰਜੀਤ ਬੈਂਸ ਨੇ ਵੀ ਕੱਲ੍ਹ ਪ੍ਰੈਸ ਕਾਨਫਰੰਸ ਜਦੋਂ ਕੀਤੀ ਸੀ, ਉਹਨਾਂ ਨੇ ਵੀ ਸਵਾਲ ਚੱਕੇ ਸੀਗੇ ਦਿਨਕਰ ਗੁਪਤਾ ਸਾਹਿਬ ਦੇ DGP ਬਣਾਏ ਜਾਣ 'ਤੇ। ਹਾਲਾਂਕਿ ਦਿਨਕਰ ਗੁਪਤਾ ਕਾਬਲ ਅਫਸਰ ਨੇ, 1987 ਬੈਚ ਦੇ IPS ਅਫਸਰ ਨੇ,
ਮੈਂ ਜਾਣਦਾ ਜਲੰਧਰ, ਲੁਧਿਆਣਾ ਔਰ ਹੁਸ਼ਿਆਰਪੁਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਉਹ ਬਤੌਰ ਐਸ ਐਸ ਪੀ ਰਹੇ ਨੇ, ਉਹਨਾਂ ਦੀ ਕਾਰਗੁਜ਼ਾਰੀ ਬਤੌਰ ਐਸ ਐਸ ਪੀ ਵੀ ਚੰਗੀ ਰਹੀ ਹੈ, ਬਹੁਤੇ ਜ਼ਿਆਦਾ ਵਿਵਾਦਾਂ 'ਚੋਂ ਨਹੀਂ ਰਹੇ ਜੀ, ਬਹੁਤੇ ਜ਼ਿਆਦਾ ਵਿਵਾਦਾਂ ਦੇ ਵਿੱਚੋਂ ਨਹੀਂ ਰਹੇ, ਪਰ ਕਿਉਂਕਿ ਮੁਹੰਮਦ ਮੁਸਤਫਾ ਉਹਨਾਂ ਤੋਂ ਜ਼ਿਆਦਾ ਸੀਨੀਅਰ ਸੀ, 1985 ਬੈਚ ਦੇ ਆਈ ਪੀ ਐੱਸ ਅਫਸਰ ਸੀ, ਮੁਹੰਮਦ ਮੁਸਤਫਾ ਦਾ ਡੀ ਜੀ ਪੀ ਨਾ ਬਣਨਾ ਇੱਕ ਵਿਵਾਦਿਤ ਫੈਸਲਾ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਸਰਕਾਰ 'ਤੇ ਚੱਕ ਰਹੀਆਂ ਨੇ, ਵੇਖਦੇ ਹਾਂ ਇਹ ਫੈਸਲਾ ਕਿੱਧਰ ਨੂੰ ਜਾਂਦਾ। ਪਰ ਮੁਹੰਮਦ ਮੁਸਤਫਾ ਸਾਹਿਬ ਨੇ ਇਹ ਕਹਿ ਦਿੱਤਾ ਕਿ ਮੈਂ ਜ਼ਿਆਦਾ ਖੁਸ਼ ਨਹੀਂ ਹਾਂ ਜਿਸ ਤਰੀਕੇ ਨਾਲ ਇਹ ਫੈਸਲਾ ਹੋਇਆ, ਔਰ ਸਰਕਾਰ ਨੇ ਮੁਹੰਮਦ ਮੁਸਤਫਾ ਨੂੰ ਬਦਲ ਵੀ ਦਿੱਤਾ, ਉਹਨਾਂ ਨੂੰ ਹਿਊਮਨ ਰਾਈਟਸ ਦੇ ਮਹਿਕਮੇ ਦੇ ਵਿੱਚ ਉਹਨਾਂ ਨੇ ਡੀ ਜੀ ਪੀ ਭੇਜ ਦਿੱਤਾ, ਜਦਕਿ ਇਸ ਤੋਂ ਪਹਿਲਾਂ ਉਹ ਐੱਸ ਟੀ ਐੱਫ ਦੇ ਚੀਫ ਸੀ। ਔਰ ਇਹ ਵੀ ਜਿਹੜੀਆਂ ਮੀਡੀਆ ਦੇ ਵਿੱਚ ਰਿਪੋਰਟਾਂ ਆ ਰਹੀਆਂ ਨੇ ਕਿ ਮੁਹੰਮਦ ਮੁਸਤਫਾ ਨੇ ਆਪ ਕਹਿ ਦਿੱਤਾ ਕੈਪਟਨ ਅਮਰਿੰਦਰ ਨੂੰ, ਕਿਉਂਕਿ ਦਿਨਕਰ ਗੁਪਤਾ ਮੇਰੇ ਜੂਨੀਅਰ ਨੇ ਮੁਹੰਮਦ ਮੁਸਤਫਾ ਕਹਿੰਦੇ, ਇਸ ਕਰਕੇ ਮੈਂ ਬਤੌਰ ਐੱਸ ਟੀ ਐੱਫ ਦਾ ਚੀਫ, ਬਤੌਰ ਐੱਸ ਟੀ ਐੱਫ ਡੀ ਜੀ ਪੀ ਮੈਂ ਦਿਨਕਰ ਗੁਪਤਾ ਸਾਹਿਬ ਨੂੰ ਰਿਪੋਰਟ ਨਹੀਂ ਕਰਨਾ ਚਾਹੁੰਦਾ, ਸੋ ਕਿਉਂਕਿ ਐੱਸ ਟੀ ਐੱਫ ਦੇ ਚੀਫ ਨੇ, ਸੋ ਡੀ ਜੀ ਪੀ ਨੂੰ ਰਿਪੋਰਟ ਕਰਨਾ ਪਏਗਾ। ਇਸ ਕਰਕੇ ਮੁਹੰਮਦ ਮੁਸਤਫਾ ਉਹਨਾਂ ਨੇ ਵੱਡਾ ਦਲੇਰੀ ਵਾਲਾ ਫੈਸਲਾ ਕਰਤਾ, ਉਹਨਾਂ ਨੇ ਆਪ ਹੀ ਸਰਕਾਰ ਨੂੰ ਕਹਿਤਾ, ਅਤੇ ਫਿਰ ਜਦੋਂ ਬਦਲੀਆਂ ਹੋਈਆਂ, ਡੀ ਜੀ ਪੀ ਨੇ ਬਹੁਤ ਸਾਰੇ ਅਫਸਰਾਂ ਦੀਆਂ ਬਦਲੀਆਂ ਕੀਤੀਆਂ ਨੇ, ਹਰਦੀਪ ਢਿੱਲੋਂ ਉਹਨਾਂ ਦਾ ਵੀ ਜਿਹੜਾ ਉਹਨਾਂ ਨੂੰ ਚੇਅਰਮੈਨ ਬਣਾ ਦਿੱਤਾ ਗਿਆ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦਾ, ਜਿੱਥੇ ਸੁਮੇਰ ਸਿੰਘ ਸੈਣੀ ਨੂੰ ਲਾਇਆ ਸੀ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਉਹਨਾਂ ਦੀ ਬਦਲੀ ਕੀਤੀ ਸੀ ਬਤੌਰ ਡੀ ਜੀ ਪੀ ਤੋਂ ਬਾਅਦ। ਸੋ ਇਹ ਵੀ ਅਹੁਦਾ ਜਿਹੜਾ ਜ਼ਿੰਮੇਦਾਰੀ ਵਾਲਾ ਅਹੁਦਾ ਹੈ। ਸੋ ਹਰਦੀਪ ਢਿੱਲੋਂ ਵੀ ਬੜੇ ਸੀਨੀਅਰ ਅਫਸਰ ਨੇ, ਉਹਨਾਂ ਨੂੰ ਲਾ ਦਿੱਤਾ ਗਿਆ, ਔਰ ਹੋਰ ਬਹੁਤ ਸਾਰੇ, ਬੀਬੀ ਗੁਰਪ੍ਰੀਤ ਦਿਓ ਹੈ, ਬੀਬੀ ਗੁਰਪ੍ਰੀਤ ਦਿਓ ਨੂੰ ਨਸ਼ਿਆਂ ਬਾਰੇ ਨਵੀਂ ਐੱਸ ਟੀ ਐੱਫ ਦਾ ਚੀਫ ਬਣਾਇਆ ਗਿਆ, ਇਹ ਵੀ ਇੱਕ ਵੱਡਾ ਫੈਸਲਾ ਹੈ। ਔਰ ਇਹਦੇ ਨਾਲ ਨਾਲ ਸੁਨੀਲ ਜੀ, ਪੰਜਾਬ ਦੀ ਸਰਕਾਰ ਨੇ, ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅਨਾਊਂਸ ਕੀਤਾ ਕਿ ਸੀ ਬੀ ਆਈ ਦੀ ਤਰਜ਼ 'ਤੇ ਅਸੀਂ ਵੱਖਰਾ ਬਿਊਰੋ ਆਫ ਇਨਵੈਸਟੀਗੇਸ਼ਨ ਬਣਾਵਾਂਗੇ ਪੰਜਾਬ ਦਾ। ਅਸਲ 'ਚ ਸੁਪਰੀਮ ਕੋਰਟ ਦਾ ਫੈਸਲਾ ਸੀ ਸੁਨੀਲ ਜੀ, ਜਦੋਂ ਕਿਹਾ ਗਿਆ ਸੀ ਕਿ ਸੂਬੇ ਵੀ ਬਿਊਰੋ ਆਫ ਇਨਵੈਸਟੀਗੇਸ਼ਨ ਬਣਾਉਣ, ਤਾਂ ਕਿ ਜਿਹੜੀ ਇਨਵੈਸਟੀਗੇਸ਼ਨ ਹੈ ਸੂਬਿਆਂ ਦੇ ਵਿੱਚ ਉਹ ਚੰਗੀ ਚੱਲੇ। ਜੇ ਇਨਵੈਸਟੀਗੇਸ਼ਨ ਚੰਗੀ ਹੁੰਦੀ ਤਾਂ ਸਿੱਟ ਜਿਹੜੀ ਬਣੀ ਹੈ ਜਾਂ ਇਸ ਤੋਂ ਪਹਿਲਾਂ ਦੀ ਪੁਲਿਸ ਸੀ, ਸਿੱਟ ਤੋਂ ਪਹਿਲਾਂ ਦੇ ਪੁਲਿਸ ਅਫਸਰ ਸੀ, ਉਹ ਤੇਜ਼ੀ ਨਾਲ ਬਰਗਾੜੀ ਦੇ ਮਾਮਲੇ ਨੂੰ ਨਿਪਟਾ ਸਕਦੇ ਸੀ। ਸੋ ਬਿਊਰੋ ਆਫ ਇਨਵੈਸਟੀਗੇਸ਼ਨ ਦੀ ਜ਼ਰੂਰਤ ਤਾਂ ਹੈ। ਹੁਣ ਇਹਦੇ ਬਣਨ ਨਾਲ ਕਹਿ ਰਹੇ ਨੇ ਕਿ 4500 ਜਿਹੜੇ ਪੁਲਿਸ ਦਾ ਮਹਿਕਮਾ ਉਹਦੇ 'ਚ ਅਸਾਮੀਆਂ ਭਰਤੀ ਕੀਤੀਆਂ ਜਾਣਗੀਆਂ, ਵੇਖਦੇ ਹਾਂ ਪ੍ਰਮੋਟ ਹੋ ਕੇ ਅਫਸਰ ਆਉਣਗੇ, 28 ਦੇ ਕਰੀਬ ਐੱਸ ਪੀ ਪੱਧਰ ਦੇ ਅਫਸਰ ਆਉਣਗੇ, ਡੀ ਜੀ ਪੀ ਪੱਧਰ ਦੇ ਅਫਸਰ ਆਉਣਗੇ। ਸੋ ਬਹੁਤ ਸਾਰੇ ਜਿਹੜੇ ਅਫਸਰ ਨੇ ਜੀ ਜੀ ਉਹ ਵੀ ਇਹਦੇ ਵਿੱਚ ਨਿਯੁਕਤ ਕੀਤੇ ਜਾਣਗੇ। ਸੋ ਮੇਰੇ ਕੋਲ ਸੂਚੀ ਵੀ ਮੈਂ ਲਿਖ ਕੇ ਰੱਖੀ ਹੈ, 28 ਪੁਲਿਸ ਕਪਤਾਨ ਆਉਂਦੇ ਸਮੇਂ ਦੇ ਵਿੱਚ ਜਿਹੜਾ ਬਿਊਰੋ ਆਫ ਇਨਵੈਸਟੀਗੇਸ਼ਨ ਦਾ ਪੁਨਰਗਠਨ ਹੋਏਗਾ, ਅਤੇ 28 ਪੁਲਿਸ ਕਪਤਾਨ ਭਰੇ ਜਾਣੇ ਨੇ, 108 ਡੀ ਐੱਸ ਪੀ ਪੱਧਰ ਦੇ ਅਫਸਰ ਹੈ ਜਿਹੜੇ ਲਾਏ ਜਾਣੇ ਨੇ, 164 ਇੰਸਪੈਕਟਰ, 593 ਸਬ ਇੰਸਪੈਕਟਰ ਭਰੇ ਜਾਣੇ ਨੇ, ਔਰ ਬਾਕੀ ਕਾਂਸਟੇਬਲ ਨੇ। ਸੋ 4521 ਅਸਾਮੀਆਂ ਨੇ ਨਵੀਆਂ ਭਰੀਆਂ ਜਾਣੀਆਂ ਨੇ। ਸੋ ਹੁਣ ਵੇਖਦੇ ਹਾਂ ਕਿ ਇਹ ਪੰਜਾਬ ਪੁਲਿਸ ਕਿਸ ਪ੍ਰਕਿਰਿਆ ਦੇ ਤਹਿਤ ਪੰਜਾਬ ਦੀ ਸਰਕਾਰ ਇਹਨਾਂ ਅਫਸਰਾਂ ਨੂੰ ਭਰਤੀ ਕਰਦੀ ਹੈ, ਜਾਂ ਪੁਰਾਣੇ ਅਫਸਰਾਂ ਨੂੰ ਪ੍ਰਮੋਟ ਕਰਕੇ, ਐੱਸ ਪੀ ਪੱਧਰ ਦੇ ਅਫਸਰਾਂ ਨੂੰ ਪ੍ਰਮੋਟ ਕਰਕੇ ਹੀ ਇਸ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਵਿੱਚ ਲਿਆਇਆ ਜਾਏਗਾ। ਇਹ ਬਿਊਰੋ ਆਫ ਇਨਵੈਸਟੀਗੇਸ਼ਨ ਦੀ ਅਨਾਊਂਸਮੈਂਟ ਹੋਣੇ ਹੋਈ ਹੈ, ਔਰ ਇਹਦੇ ਤਹਿਤ ਜਿਹੜੇ ਮਾਮਲੇ ਨੇ ਉਹਨਾਂ ਦੀ ਜਾਂਚ ਬਿਊਰੋ ਆਫ ਇਨਵੈਸਟੀਗੇਸ਼ਨ ਕਰੇਗਾ, ਔਰ ਦੂਸਰੀ ਪੁਲਿਸ ਕੇਸ ਦਰਜ ਕਰੇਗੀ, ਬਿਊਰੋ ਆਫ ਇਨਵੈਸਟੀਗੇਸ਼ਨ ਸਾਇੰਟੀਫਿਕ ਇਨਵੈਸਟੀਗੇਸ਼ਨ ਕਰੇਗਾ। ਇਸ ਤਰੀਕੇ ਦੇ ਬਦਲਾਅ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਪੁਲਿਸ ਦੇ ਵਿੱਚ ਵੀ ਸਾਨੂੰ ਨਜ਼ਰ ਆ ਰਹੇ। ਚਲੋ ਡੱਲਾ ਜੀ, ਹੁਣ ਤੱਕ ਦੀਆਂ ਕੁਛ ਅਹਿਮ ਅਤੇ ਸਿਆਸੀ ਸਰਗਰਮੀਆਂ ਦੀ ਗਹਿਨਤਾ ਨਾਲ ਪੜਤਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ ਜੀ।